ਬਰਨਾਲਾ ਪੁਲਿਸ ਨੇ SDF ਦੀ ਟੀਮ ਸਮੇਤ ਨਾਈਵਾਲਾ ਰੋਡ ਵਿਖੇ ਬਣੀ ਫੈਕਟਰੀ ਦੇ ਵਿੱਚ ਰੇਡ ਕਰਕੇ ਕਰੀਬ 1,16,00,000 ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਜਾਲੀ ਰਬੜ ਸਟੈਂਪਸ ਰਾਹੀਂ ਦਵਾਈਆਂ ਤੇ ਬੈਂਚ ਲਗਾਏ ਜਾਂਦੇ ਸਨ, ਜਿਨ੍ਹਾਂ ਨੂੰ ਕਬਜ਼ੇ ਦੇ ਵਿੱਚ ਵੀ ਲਿਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਪ੍ਰੈਗਾ ਵਲਿਨ ਬਣਾਉਣ ਵਾਲੀ ਫਰਮ ਕਠਵਾਲ ਤਹਿਸੀਲ ਨੂਰਪੁਰ ਕਾਂਗੜਾ ਵਿਖੇ ਰਜਿਸਟਰ ਹੈ, ਜਦਕਿ ਇਹਨਾਂ ਦੇ ਵੱਲੋਂ ਚੋਰੀ ਛੁਪੇ ਇਹ ਕੈਪਸੂਲ ਨਾਈਵਾਲੀ ਰੋਡ ਬਰਨਾਲਾ ਦੇ ਵਿਖੇ ਬਣੀ ਫਰਮ ਦੇ ਵਿੱਚ ਬਣਾਏ ਜਾਂਦੇ ਸਨ। ਇਸ ਦੌਰਾਨ ਉਕਤ ਗੈਰ ਕਾਨੂੰਨੀ ਦਵਾਈਆਂ, ਕੈਪਸੂਲ, ਗੋਲੀਆਂ ਅਤੇ ਹੋਰ ਰੋ ਮਟੀਰੀਅਲ ਨੂੰ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਲੋੜੀਂਦੇ ਦੋਸ਼ੀ ਡਾਇਰੈਕਟਰ ਸਿਸੂਪਾਲ, ਫਰਮ ਦੇ ਮਾਲਕ ਦਿਨੇਸ਼ ਬਾਂਸਲ, ਮਹਿੰਦਰਾ ਪਿਕਅਪ ਗੱਡੀ ਦੇ ਡਰਾਈਵਰ ਸੁਖਰਾਜ ਸਿੰਘ ਅਤੇ ਫਰਮ ਪੈਕਿੰਗ ਮੈਨੇਜਰ ਲਵਕੁਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਬਰਨਾਲਾ ਤੋਂ ਹਰਪ੍ਰੀਤ ਛੰਨਾ ਦੀ ਰਿਪੋਰਟ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਇੱਕ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਹਦੇ ਵਿੱਚ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਮਾਣਯੋਗ SSP ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਰੇ ਸਾਡੇ ਥਾਣੇ ਚੌਂਕੀਆਂ ਜਿਹੜੇ ਟੀਮਾਂ ਇਸ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਵਿੱਚ ਕੰਮ ਕਰ ਰਹੀਆਂ, ਅਤੇ ਜੋ ਅੱਜ ਕੱਲ੍ਹ ਸਾਡੇ ਸਮਾਜ ਵਿੱਚ ਕਾਫ਼ੀ ਮਿਸਯੂਜ਼ ਹੋ ਰਿਹਾ, ਕੁਛ ਸਿਗਨੇਚਰ ਕੈਪਸੂਲ ਜਿਨ੍ਹਾਂ ਨੂੰ ਆਪਾਂ ਪ੍ਰੀ ਗੈਬਲਿਨ 300 MGB ਕਹਿ ਦਿੰਦੇ ਹਾਂ, ਸੋ ਉਸ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮਾਣਯੋਗ DC ਬਰਨਾਲਾ ਵੱਲੋਂ ਵੀ ਇਹ ਜਿਹੜੇ ਕੈਪਸੂਲ ਨੇ ਇਹਨਾਂ ਦੇ ਉੱਤੇ ਪਾਬੰਦੀ ਦੇ ਆਰਡਰ ਕੀਤੇ ਗਏ ਨੇ। ਸੋ ਸਾਨੂੰ ਇੱਕ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਬਰਨਾਲਾ ਨਾਈਵਾਲਾ ਰੋਡ ਦੇ ਉੱਤੇ ਇੱਕ ਅਲਜ਼ਾਨ ਫਾਰਮਾਸਿਊਟੀਕਲਸ ਪ੍ਰਾਈਵੇਟ ਲਿਮਿਟਡ ਨਾਮ ਦੀ ਫੈਕਟਰੀ ਹੈ ਜੋ ਕਿ ਫਾਰਮਾਸਿਊਟੀਕਲਸ ਮੈਨੂਫੈਕਚਰ ਕਰਦੀ ਹੈ, ਅਤੇ ਸਾਨੂੰ ਇਹ ਇਤਲਾਹ ਮਿਲੀ ਸੀ ਕਿ ਇਹਨਾਂ ਵੱਲੋਂ ਪ੍ਰੀ ਗੈਬਲਿਨ 300 MG ਜਿਨ੍ਹਾਂ ਦਾ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਉਹ ਕੈਪਸੂਲਸ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਦਵਾਈਆਂ ਜੋ ਕਿ ਬਿਨਾਂ ਮਨਜ਼ੂਰੀ ਇਹਨਾਂ ਵੱਲੋਂ ਮੈਨੂਫੈਕਚਰਿੰਗ ਕੀਤੀ ਜਾਂਦੀ ਆ, ਗਲਤ ਤਰੀਕੇ ਦੇ ਨਾਲ ਸੇਲ ਪਰਚੇਸ ਦੇ ਰਿਕਾਰਡ ਨਾਲ ਟੈਂਪਰਿੰਗ ਕਰਕੇ ਕਿਸੇ ਹੋਰ ਜਗ੍ਹਾ ਦੇ ਮੈਨੂਫੈਕਚਰਿੰਗ ਦੇ ਜਿੱਥੇ ਦਾ ਇਹਨਾਂ ਕੋਲ ਮੈਨੂਫੈਕਚਰਿੰਗ ਲਾਇਸੈਂਸ ਹੈ ਉਸ ਜਗ੍ਹਾ ਦੀ ਪੈਕੇਜਿੰਗ ਵਗੈਰਾ ਕਰਕੇ ਇਹਨਾਂ ਤੋਂ ਇਹਨਾਂ ਵੱਲੋਂ ਇਹ ਜਿਹੜੀ ਫਾਰਮਾਸਿਊਟੀਕਲਸ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਜਾਂਦੀ ਹੈ। ਸੋ ਅਤੇ ਇਹ ਜਿਹੜੀ ਅਲਜ਼ਾਨ ਫਾਰਮਾਸਿਊਟੀਕਲਸ ਹੈਗੀ ਹੈ ਕੰਪਨੀ, ਇਹਦੇ ਜੋ ਡਾਇਰੈਕਟਰ ਨੇ, ਇਹਨਾਂ ਦੇ ਜੋ ਮਾਲਕ ਨੇ, ਉਹਨਾਂ ਦੇ ਬਾਰੇ ਪੰਜਾਬ ਦੀ ਸਾਡੇ STF ਵਿੰਗ ਕੋਲ ਵੀ ਪਹਿਲਾਂ ਵੀ ਉਹਨਾਂ ਕੋਲ ਕੁਛ ਲਿੰਕਸ ਸੀਗੇ, ਉਹਨਾਂ ਦੇ ਕੁਛ ਓਪਰੇਸ਼ਨ ਚੱਲ ਰਹੇ ਸੀ ਅਤੇ ਪਹਿਲਾਂ ਵੀ ਉਹਨਾਂ ਕੋਲ ਮੁਕੱਦਮੇ ਦਰਜ ਸੀਗੇ। ਸੋ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ STF ਦੀ ਟੀਮ ਨਾਲ ਵੀ ਇੱਕ ਜੁਆਇੰਟ ਓਪਰੇਸ਼ਨ STF ਪੰਜਾਬ ਦੀ ਟੀਮ ਅਤੇ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੇ ਵੱਲੋਂ ਕੀਤਾ ਗਿਆ, ਜਿਹਦੇ ਵਿੱਚ ਮੁਖਬਰੀ ਦੇ ਆਧਾਰ 'ਤੇ ਮੁਕੱਦਮਾ ਨੰਬਰ 325 ਮਿਤੀ 30 ਜੂਨ 2024 ਅਧੀਨ ਧਾਰਾ 188 ਅਤੇ 120 IPC ਅਤੇ 420 IPC ਦਰਜ ਕਰਕੇ ਥਾਣਾ ਸਿਟੀ ਬਰਨਾਲਾ ਤਫਤੀਸ਼ ਸਟਾਰਟ ਕੀਤੀ ਗਈ ਅਤੇ STF ਦੇ ਨਾਲ ਜੁਆਇੰਟ ਰੇਡ ਕਰਕੇ ਅਤੇ ਜਿਹੜੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਡਰੱਗ ਆਫਿਸਰ ਪ੍ਰਨੀਤ ਕੌਰ ਇਹਨਾਂ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਅਤੇ ਡਰੱਗ ਇੰਸਪੈਕਟਰ ਵੱਲੋਂ ਉੱਥੇ ਸਾਰਾ ਇਹਨਾਂ ਦਾ ਜਿਹੜਾ ਸਟੋਕ ਟੇਕਿੰਗ ਕੀਤੀ ਗਈ ਅਤੇ ਜੋ ਚੈਕਿੰਗ ਦੇ ਵਿੱਚ ਪਾਇਆ ਗਿਆ ਕਿ ਅਰਾਊਂਡ 95,000 ਪ੍ਰੀ ਗੈਬਲਿਨ 300 MG ਜਿਹਨੂੰ ਕਿ ਆਪਾਂ ਸਿਗਨੇਚਰ ਕੈਪਸੂਲ ਵੀ ਕਹਿੰਦੇ ਹਾਂ, ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਦੇ ਆਦੀ ਲੋਕਾਂ ਵੱਲੋਂ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ, ਇਹਨਾਂ ਦਾ ਮਿਸਯੂਜ਼ ਕੀਤਾ ਜਾਂਦਾ, ਉਹ ਇੱਥੇ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਦੇ ਬਾਰੇ ਇਹਨਾਂ ਕੋਲ ਕੋਈ ਮੈਨੂਫੈਕਚਰਿੰਗ ਲਾਇਸੈਂਸ ਜਾਂ ਕੁਝ ਨਹੀਂ ਸੀ ਅਤੇ ਨਾ ਹੀ ਉਹਦੇ ਬਾਰੇ ਕੋਈ ਰਿਕਾਰਡ ਪੇਸ਼ ਕਰ ਸਕੇ ਨੇ। ਇਸ ਤੋਂ ਇਲਾਵਾ ਟਪੈਂਡਾਜ਼ੋਲ ਟੈਬਲੇਟ ਜਿਹਦੇ ਬਾਰੇ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਸੀ ਅਤੇ ਇਹਨਾਂ ਕੋਲ ਇਹਦੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਅਲਾਊਡ ਨਹੀਂ ਹੈ,
ਅਤੇ ਇਹਨਾਂ ਕੋਲ ਪੰਜਾਬ ਦੇ ਵਿੱਚ ਸੇਲ ਦਾ ਵੀ ਕੋਈ ਲਾਇਸੈਂਸ ਨਹੀਂ ਸੀ। ਉਹਦੀ ਵੀ ਇੱਕ ਕਾਫੀ ਵੱਡੀ ਖੇਪ ਅਰਾਊਂਡ 2,17,000 ਟੈਬਲੇਟਸ ਜਿਹੜੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਿਗਨੇਚਰ ਪ੍ਰੀ ਗੈਬਲਿਨ ਅਤੇ ਟੈਪੈਂਡਾਜ਼ੋਲ ਦੇ ਜੋ ਮੈਨੂਫੈਕਚਰਿੰਗ ਵਿੱਚ ਯੂਜ਼ ਹੁੰਦਾ ਹੈ, ਬਹੁਤ ਵੱਡੀ ਮਾਤਰਾ ਦੇ ਵਿੱਚ ਰੋ ਮਟੀਰੀਅਲ, ਪੈਕੇਜਿੰਗ ਮਟੀਰੀਅਲ, ਜਾਲੀ ਜਿਹੜੇ ਟੈਗ ਲਗਾਉਣ ਵਾਸਤੇ ਸਟੈਂਪਸ ਵਗੈਰਾ ਮਿਲੀਆਂ ਨੇ। ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਇਹਨਾਂ ਦਾ ਜੋ ਠੱਗੀ ਦਾ ਤਰੀਕਾ ਹੈਗਾ, ਜਿਹਦੇ ਵਿੱਚ ਇਹ ਕੀ ਕਰਦੇ ਸੀ ਕਿ ਇਹਨਾਂ ਕੋਲ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿੱਥੇ ਇਹਨਾਂ ਕੋਲ ਪ੍ਰੀ ਗੈਬਲਿਨ ਮੈਨੂਫੈਕਚਰ ਕਰਨ ਦਾ ਲਾਇਸੈਂਸ ਹੈਗਾ। ਇਹ ਉਸ ਆਪਣੀ ਉਹ ਵਾਲੀ ਫੈਕਟਰੀ ਦੇ ਪੈਕੇਜਿਸ ਜਿਹੜੇ ਹੈ ਤਿਆਰ ਕਰਕੇ ਉੱਥੋਂ ਲਿਆਉਂਦੇ ਸੀ, ਮੈਨੂਫੈਕਚਰਿੰਗ ਇੱਥੇ ਕਰਕੇ ਉਹ ਵਾਲੇ ਪੈਕੇਜਿਸ ਦੇ ਵਿੱਚ ਉਹਨਾਂ ਨੂੰ ਪੈਕੇਜ ਕਰਕੇ ਅਤੇ ਸ਼ਿਪਮੈਂਟ ਕਰ ਦਿੰਦੇ ਸੀ। ਸੋ ਦੈਟ ਜਿੱਥੇ ਸਪਲਾਈ ਹੁੰਦੀ ਸੀ ਉੱਥੇ ਲੱਗਦਾ ਸੀ ਕਿ ਮੈਨੂਫੈਕਚਰ ਤਾਂ ਇਹ ਉਹਨਾਂ ਦੀ ਕੰਸਰਨਡ ਫੈਕਟਰੀ ਦੀ ਹੈ, ਜਦਕਿ ਐਕਚੁਅਲ ਦੇ ਵਿੱਚ ਇਹ ਸਾਡੀ ਜਿਹੜੀ ਨਾਈ ਵਾਲਾ ਰੋਡ ਵਾਲੀ ਫੈਕਟਰੀ ਹੈ ਉੱਥੇ ਇਹ ਮੈਨੂਫੈਕਚਰਿੰਗ ਕਰਦੇ ਸੀ। ਸੋ ਇਹਦੇ ਵਿੱਚ ਕੁੱਲ ਜਿਹੜੇ ਆ 8 ਦੋਸ਼ੀਆਂ ਦੇ ਉੱਤੇ ਇਹ FIR ਦਰਜ ਕੀਤੀ ਗਈ ਹੈ, ਜਿਹਦੇ ਵਿੱਚ ਇਸ ਅਲਜ਼ਾਨ ਫਾਰਮਾਸਿਊਟੀਕਲਸ ਦੇ ਡਾਇਰੈਕਟਰ ਸ਼ਿਸ਼ੂਪਾਲ ਵਾਸੀ ਧੂਰੀ, ਉਹਨਾਂ ਦੀ ਪਤਨੀ ਨਿਸ਼ਾ ਰਾਣੀ ਵਾਸੀ ਧੂਰੀ, ਦਿਨੇਸ਼ ਬਾਂਸਲ ਜੋ ਕਿ ਇਹਨਾਂ ਦੀ ਜ਼ੀਰਕਪੁਰ ਦੇ ਵਿੱਚ ਕੰਪਨੀ ਹੈ ਰੋਇਲ ਅਸਟੇਟ ਜ਼ੀਰਕਪੁਰ, ਉਸ ਕੰਪਨੀ ਦੇ ਮਾਲਕ, ਇਹਨਾਂ ਦੇ ਪੈਕੇਜਿੰਗ ਮੈਨੇਜਰ ਲਵਕੁਸ਼ ਯਾਦਵ ਵਾਸੀ UP, ਅਤੇ ਇੱਕ ਇਹਨਾਂ ਦੇ ਡਰਾਈਵਰ ਸੁਖਰਾਜ ਸਿੰਘ ਵਾਸੀ ਬਨੂੜ, ਇਹਨਾਂ ਦੀ ਜਿਹੜਾ ਵਰਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਵਿੱਚੋਂ ਕੱਲ੍ਹ ਹੀ ਦਿਨੇਸ਼ ਬਾਂਸਲ, ਸੁਖਰਾਜ ਸਿੰਘ ਅਤੇ ਲਵਕੁਸ਼ ਯਾਦਵ, ਇਸ ਤੋਂ ਇਹਨਾਂ ਨੂੰ ਜਿਹੜਾ ਸ਼ਿਸ਼ੂਪਾਲ, ਇਹ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਜਿਹੜੀ ਮਹਿੰਦਰਾ ਪਿਕਅਪ ਗੱਡੀ PB 65AZ 9437, ਜਿਹਦੇ ਵਿੱਚ ਇਹ ਸਾਰਾ ਸ਼ਿਪਮੈਂਟ ਇਹ ਲੱਦ ਕੇ ਇਹਨਾਂ ਨੇ ਅੱਜ ਇੱਥੋਂ ਲੈ ਕੇ ਜਾਣੀ ਸੀ, ਉਹ ਵੀ ਬਰਾਮਦ ਕੀਤੀ ਗਈ ਆ ਅਤੇ ਫਰਦਰ ਤਫਤੀਸ਼ ਜਾਰੀ ਆ। ਇਹਦੇ ਵਿੱਚ ਹੋਰ ਵੀ ਸਾਨੂੰ ਵੱਡੇ ਖੁਲਾਸੇ ਹੋਣ ਦੀ ਜਿਹੜੀ ਉਮੀਦ ਆ, ਜਿਹੜੇ ਇਹਨਾਂ ਦੇ ਵੱਖ ਵੱਖ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੀਆਂ ਫਰਮਸ ਬਣੀਆਂ ਹੋਈਆਂ ਨੇ ਜਾਂ ਇਹਨਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ, ਉਹ ਸਾਰੇ ਵੇਰਵੇ STF ਨਾਲ ਵੀ ਸਾਂਝੇ ਕੀਤੇ ਜਾ ਰਹੇ ਨੇ। ਸਾਰੀਆਂ ਹੀ ਜਿਹੜੀਆਂ ਫੈਕਟਰੀਆਂ ਦੇ ਉੱਤੇ ਇਹਨਾਂ ਦੇ ਰੇਡਸ ਕੀਤੀਆਂ ਜਾਣਗੀਆਂ, ਅਤੇ ਜਿਹੜਾ ਸਾਰਾ ਮਾਲ ਮੁਕੱਦਮਾ ਹੈਗਾ ਉਹ ਜਿਹੜੇ ਸਾਡੇ ਡਰੱਗ ਇੰਸਪੈਕਟਰ ਨੇ ਉਹਨਾਂ ਵੱਲੋਂ ਡਰੱਗਸ ਐਂਡ ਕੋਸਮੈਟਿਕਸ ਐਕਟ ਦੇ ਅੰਡਰ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਸਸਪੈਂਸ਼ਨ ਦਾ ਨੋਟਿਸ ਵੀ ਦਿੱਤਾ ਗਿਆ ਅਤੇ ਰਿਪੋਰਟ ਬਣਾ ਕੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਆ ਅਤੇ ਫਰਦਰ ਮੁਕੱਦਮੇ ਦੀ ਤਫਤੀਸ਼ ਜਾਰੀ ਆ। ਜੀ ਇਹ ਫੈਕਟਰੀ ਤਾਂ ਕਾਫੀ ਟਾਈਮ ਤੋਂ ਚੱਲ ਰਹੀ ਸੀ, ਪਰ ਜਿਹੜੇ ਇਹ ਵਾਲੇ ਪ੍ਰੀ ਗੈਬਲਿਨ 300 MG, ਇਹਨਾਂ ਬਾਰੇ ਕੁਛ ਆਪਾਂ ਨੂੰ ਇੱਕ ਮਹੀਨੇ ਤੋਂ ਕੁਛ ਇਨਪੁੱਟਸ ਆ ਰਹੀਆਂ ਸੀ, ਉਹਨਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਸੀ ਸੀਕ੍ਰੇਟ ਤੌਰ 'ਤੇ, ਅਤੇ ਜਦੋਂ ਪੁਖਤਾ ਇਨਫੋਰਮੇਸ਼ਨ ਹੋ ਗਈ ਤਾਂ ਇਹ ਰੇਡ ਕੀਤੀ ਗਈ। ਇਹਨਾਂ ਦੇ ਵਿੱਚ ਸਾਨੂੰ ਇੱਕ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਜਿਹੜਾ ਸ਼ਿਸ਼ੂਪਾਲ ਹੈ ਦਿਨੇਸ਼ ਬਾਂਸਲ ਹੈ ਜਿਹੜਾ, ਉਹਦੇ ਉੱਤੇ ਇੱਕ ਕਿਸੇ ਹੋਰ ਜ਼ਿਲ੍ਹੇ ਵਿੱਚ ਪਰਚਾ ਦਰਜ ਹੈ, ਉਹਨੂੰ STF ਵੱਲੋਂ ਗ੍ਰਿਫਤਾਰ ਵੀ ਕੀਤਾ ਹੋਇਆ, ਉਸ ਪਰਚੇ ਵਿੱਚ ਉਹਦੀ ਪੁੱਛਗਿੱਛ ਜਾਰੀ ਹੈ। ਜੀ ਇਸ ਬਾਰੇ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਸ਼ੁਰੂਆਤੀ ਗੱਲਬਾਤ ਇਹ ਸਾਹਮਣੇ ਆਈ ਹੈ ਕਿ ਆਪਣੇ ਜ਼ੀਰਕਪੁਰ ਦੇ ਗੋਦਾਉਨਾਂ ਦੇ ਵਿੱਚ ਅਤੇ ਅਦਰ ਸਟੇਟ ਵਿੱਚ ਇਹ ਭੇਜਦੇ ਸੀ, ਬਟ ਜਿਹੜੀ ਇਹਨਾਂ ਦੀ ਲੋਕਲ ਲੈਵਲ ਦੀ ਜਿਹੜੇ ਵਰਕਰ ਸੀ, ਮੈਨੇਜਰ ਸੀ ਜਾਂ ਇਹਨਾਂ ਦੇ ਫੈਕਟਰੀ 'ਚ ਕੰਮ ਕਰਨ ਵਾਲੇ ਸੀ, ਉਹਨਾਂ ਵੱਲੋਂ ਇੱਥੇ ਉਸ ਮੈਨੂਫੈਕਚਰਡ ਕੀਤੀ ਗਈ ਪ੍ਰੀ ਗੈਬਲਿਨ ਨੂੰ ਡਾਇਵਰਟ ਕਰਨ ਦੀ ਵੀ ਜਿਹੜੀ ਅਸੀਂ ਉਹਨੂੰ
ਮਨਾ ਨਹੀਂ ਕੀਤਾ ਜਾ ਸਕਦਾ। ਇਸ ਗੱਲ ਦੀ ਤਫਤੀਸ਼ ਜਾਰੀ ਹੈ ਕਿ ਜੇਕਰ ਉਹ ਬਰਨਾਲੇ ਦੇ ਵਿੱਚ ਵੀ ਕੇਸ ਚੀਜ਼ ਨੂੰ ਡਿਵਰਟ ਕੀਤਾ ਜਾ ਰਿਹਾ ਸੀ ਅਤੇ ਲੋਕਲ ਸੇਲ ਕੀਤਾ ਜਾ ਰਿਹਾ ਸੀ, ਇਸ ਗੱਲ ਦੇ ਉੱਤੇ ਵੀ ਤਫਤੀਸ਼ ਅਸੀਂ ਕਰਾਂਗੇ ਜੀ। ਜ਼ਰੂਰ, ਜਿਹੜਾ ਵੀ ਸਾਡੇ ਧਿਆਨ 'ਚ ਆਏਗਾ ਹਰ ਫੈਕਟਰੀ ਦੀ, ਹੁਣ ਅਸੀਂ ਡਰੱਗ ਇੰਸਪੈਕਟਰਸ ਨੂੰ ਨਾਲ ਲੈ ਕੇ ਸਾਡੇ ਮਾਣਯੋਗ ਐਸ ਐਸ ਪੀ ਸਾਹਿਬ ਵੱਲੋਂ ਹੁਕਮ ਹੋਏ ਨੇ, ਹਰ ਸਬ ਡਿਵੀਜ਼ਨ ਵਾਈਜ਼ ਅਸੀਂ ਡਰੱਗ ਇੰਸਪੈਕਟਰਸ ਦੇ ਨਾਲ ਮੀਟਿੰਗਸ ਵੀ ਕੀਤੀਆਂ ਨੇ ਅਤੇ ਜੁਆਇੰਟ ਰੇਡਸ ਕੀਤੀਆਂ ਜਾਣਗੀਆਂ ਸਾਰੀਆਂ ਫੈਕਟਰੀਆਂ ਦੇ ਉੱਤੇ। ਇਸ ਤੋਂ ਇਲਾਵਾ ਅਸੀਂ ਜਿੰਨੇ ਫਾਰਮੈਸੀ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਵੀ ਮੀਟਿੰਗਸ ਕੀਤੀਆਂ ਨੇ ਅਤੇ ਜਿਹੜੀਆਂ ਫਾਰਮਾ ਦੁਕਾਨਾਂ ਨੇ ਉਹਨਾਂ ਦੇ ਉੱਤੇ ਵੀ ਰੈਗੂਲਰ ਚੈਕਿੰਗ ਚੱਲ ਰਹੀ ਹੈ। ਜੀ ਜ਼ਰੂਰ, ਉਹਨਾਂ ਦੀ ਪੁੱਛਗਿੱਛ ਜਾਰੀ ਹੈ। ਕਿਤੇ ਵੀ ਬਰਨਾਲਾ ਲੋਕਲ ਸ਼ਹਿਰ ਦੇ ਵਿੱਚ ਕਿਸੇ ਡਿਸਟ੍ਰੀਬਿਊਟਰ ਕੋਲ, ਕਿਸੇ ਰਿਟੇਲਰ ਕੋਲ ਜਾਂ ਕਿਸੇ ਫਾਰਮੈਸੀ ਦੀ ਦੁਕਾਨ ਵਾਲੇ ਕੋਲ ਇਸ ਫੈਕਟਰੀ ਤੋਂ ਕੋਈ ਪ੍ਰੀ ਗੈਬਲਿਨ ਆਏ ਅਤੇ ਉਸਦੇ ਵੱਲੋਂ ਅੱਗੇ ਵੇਚੇ ਗਏ ਤਾਂ ਜ਼ਰੂਰ ਉਹਨਾਂ ਨੂੰ ਇਸ ਮੁਕਦਮੇ ਵਿੱਚ ਨਾਮਜ਼ਦ ਕੀਤਾ ਜਾਏਗਾ। ਇਹਨਾਂ ਦਾ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਫਰਦਰ ਹਾਸਲ ਕੀਤਾ ਜਾਏਗਾ ਜੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.